का सदका बन के चारा सेना दो एक एक कदम किरू थे वो है नाग का शुगर देखो पाकिस्तान मैं नबी पाक का सदका के अगर नबी पाक के सदके बहुत आवे तो भी शादी ना होगी हाँ कई बंदे हम देखे हमें एक्शन करी जाएंगे हट हाँ कर या मालिक का ख्याल करे ना ले चल चुको जी नाग दिखाइए जरा लो अगली सार तो अगर नाराज ना हो एक एक भाई थले बैठ जाओ ताकि जरा नाग के पिछले दोस्तों दोस्तों नहीं ना नजर आ जाए अगली सार तो एक एक भाई थले बैठ जाओ ऐसा बैठो जरा भजन बैठ जाओ सही बात नहीं बैठ जाओ अभी टीवी याद रखा है मैं नसीबा ना सब मैं तो कभी काम से औखा ही है लेकिन बैठ जी जरा ना बात तो नहीं बैठी जरा अब बच्चे भी थले बैठा देना जी जरा ना टोपी वाला पुत्र तो नहीं बन जरा उतना स्पीकर वो कमला जो करपूत एक थी जिंदाबाद बस ठीक हो गया लागी कड़ी दा टाइम टाइम सिर्फ दो मिनट पा जाने और एक मिनट बाद से जरा शोर बंद करे बाकी जिंदगी का पहला काम तो अपने चैनल वास्ते रहन वाला जिला में हरीना में ते लाने दे दी फिक्र नहीं करनी अगर मैं जम के एडा बड़ा जवान हो गया जिंदगी जिथे पहले नहीं है बोलो जी अल्लाह पाक मेनू रिज़्क़ देता है या नहीं देता ਜਾਣ ਦੇ ਦੀ ਫਿਕਰ ਨਹੀਂ ਕਰਨੀ ਜਦੋਂ ਦੇਖਣਾ ਭਾਪਾ ਕਰ ਲੈ ਸਾਰੇ ਇੱਕ ਵਾਰੀ ਆਖੋ ਹੋਏ ਹੋਏ ਇਸ ਹੋਏ ਹੋਏ ਨੂੰ ਮੰਨ ਕੇ ਦੋ ਮਿੰਟ ਚੁੱਪ ਕਰ ਵਾਹ ਭਾਈ ਵਾਹ ਬਾਜਾ ਪੁੱਤਰ ਤੂੰ ਇਲੈਕਸ਼ਨ ਚ ਬਹਿਣਾ ਸੋਚਣ ਲੱਗ ਪਈ ਬਾਜਾ ਮੇਰਾ ਪੁੱਤਰ ਭਲਵਾਨ ਜੀ ਤੁਸੀਂ ਬੈਠਣਾ ਜ਼ਰਾ ਲਓ ਜੀ ਘੜੀ ਦਾ ਟਾਈਮ ਸਿਰਫ ਦੋ ਮਿੰਟ ਸੁਨਾਗ ਦਾ ਕੜਾ ਪੂਰਾ ਹੋਵੇ ਸਾਰੇ ਸੁਨਾਗ ਨੂੰ ਮੈਂ ਮੈਦਾਨ ਦੇ ਵਿੱਚ ਛੱਡਾਂ ਜੀ ਬਾਹਰ ਸੁਣ ਲੈਣਾ ਭਾਜਾ ਨੂੰ ਮੈਨੂੰ ਪਤਾ ਤੇ ਸਾਡੇ ਕਈ ਭਰਾਵਾਂ ਦਾ ਦਿਲ ਨਹੀਂ ਲੱਗਦਾ ਪਏ ਉਹਦੀ ਵਜ੍ਹਾ ਦਾ ਤੁਹਾਡੇ ਨਾਲ ਬੇਹੁਦਾ ਗੁਫ਼ਤਗੂ ਨਹੀਂ ਕੀਤੀ ਇਹ ਮਜਬਾਨਾ ਸਰੋਪਨ ਸਟੇਜ ਅਗਰ ਇਹਦੇ ਕੋਲ ਪਠਾਨ ਖੜਾ ਹੋਵੇ ਭਾਵੇਂ ਉਹਦੇ ਕੋਲ ਸੜਿਆ ਗੋੜੀ ਹੋਵੇ ਬਸ ਇੱਕ ਗੱਲ ਕਹਿ ਦੇਵੇ ਕਿਹੜੀ ਕਿਸਾਨਾਂ ਇਹ ਲਾੜੀਆਂ ਦਾ ਸੜਿਆ ਮੋਬਾਇਲ ਬੋਤਲਾਂ ਭਰ ਕੇ ਰੱਖ ਲਈ ਇੱਧਰ ਸਾਡੇ ਦੋਸਤ ਨੂੰ ਬਸ ਇੰਨੀ ਗੱਲ ਕਹਿ ਦਿਓ ਕਿਹੜੀ ਕਿ ਸਭ ਸਾਡੇ ਕਿਰਲੇ ਦਾ ਤੇਰੇ ਸਾਡੇ ਭਰਾ ਨਾਲੇ ਹੱਸਦੇ ਨੇ ਤੇ ਨਾਲੇ ਖੁਦਾ ਦੀ ਕਿਸਮ ਇੱਥੇ ਫਸਦੇ ਇੱਥੇ ਮਜਮੇ ਦੇ ਅੰਦਰ ਲੇਕਿਨ ਇੱਥੇ ਮੈਂ ਕਈ ਬੇਵਕੂਫ ਲੋਕ ਵੇਖੇ ਨੇ ਮਜਮੇ ਵਿੱਚੋਂ ਆ ਕੇ ਦਿਲ ਮੰਗਦੇ ਨੇ ਸਾਡੇ ਦਾ ਲੰਮਿਆ ਕਰਨਾ ਹੁਣ ਇਹ ਗੱਲ ਤਾਂ ਮੂੰਹ ਦੇ ਵਿੱਚੋਂ ਬੋਲ ਕੇ ਜਵਾਬ ਤੁਸੀਂ ਦਿਓ ਵਾਅਦੇ ਦੇ ਮੁਤਾਬਕ ਹੈ ਨਾਗ ਦਾ ਸ਼ੁਗਰ ਦੇਖੋ ਪਾਕਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਬਾਂਧ ਛੱਡ ਕੇ ਬਲੁਕ ਤੇ ਆਪਣੇ ਹੀ ਕਹਿ ਦਿਓ ਪਾਕਿਸਤਾਨ ਜ਼ਿੰਦਾਬਾਦ ਬੋਲੋ ਸਰ ਕਿਲੋ ਵਾਲੇ ਛਾਪਰ ਦੇ ਵਿੱਚ 5 ਕਿਲੋ ਵਤਾਉ ਪੈ ਜਾਂਦੇ ਨਹੀਂ ਨਹੀਂ ਤੇ ਫਿਰ ਇਹਨੂੰ ਵੱਡਿਆ ਕਰਕੇ ਪਾਣਾ ਬਾਲਟੀ ਵਿੱਚ ਜਾਂ ਮੋਢੇ ਉੱਤੇ ਰੱਖ ਕੇ ਪਾਕਿਸਤਾਨ ਦੀ ਮਸ਼ਹੂਰੀ ਕਰ ਅਜਾ ਤੋ ਜੋ ਕਰੋ ਲੇਕਿਨ ਜਿਹੜੇ ਬੰਦੇ ਅੱਜ ਕੱਲ ਅੰਗਰੇਜ਼ੀ ਗੋਲੀਆਂ ਲੈ ਕੇ ਖਾਂਦੇ ਫਿਰਦੇ ਨੇ ਮੈਡੀਕਲ ਸਟੋਰਾਂ ਤੋਂ ਟਾਈਮ ਆ ਗਿਆ ਮਜ਼ਾ ਪਲਸ ਚਾਹ ਪਲਸ ਪੈਨ ਗਰਾ ਬੈਗ ਗਰਾ ਵੀ ਜਾਂ ਕੋਬਰਾ ਅੱਜ ਇਹਨਾਂ ਨੇ 2 ਮਿੰਟ ਟਾਈਮ ਲਾਉਣ ਦੀ ਖਾਤਰ ਗੁਰਦੇ ਦੀ ਤਬਾਹੀ ਲਾ ਲਈ ਸਿਰਫ ਟਾਈਮ ਦੇ ਚੱਕਰ ਉਹਨਾਂ ਵਾਸਤੇ ਖੁਸ਼ੀ ਦਾ ਪੈਗਾਮ ਹੈ ਸਾਰਾ ਬੰਦਾ ਜ਼ਿੰਦਗੀ ਵਿੱਚ ਕਦੀ ਟਾਈਮ ਵਾਲੀ ਗੋਲੀ ਲੈ ਕੇ ਅੱਛੀ ਆਵਾਜ਼ ਅੱਛੇ ਖੂਮ ਦੀ ਪਹਿਚਾਣ ਹੋ ਗਈ ਅਦਰ ਤੋਂ ਜੇ ਮੇਰੇ ਵੱਲ ਕਰਨਾ ਉਹ ਬੰਦਾ ਜ਼ਿੰਦਗੀ ਵਿੱਚ ਕਦੀ ਟਾਈਮ ਵਾਲੀ ਗੋਲੀ ਲੈ ਕੇ ਨਹੀਂ ਸਰ ਔਰਤ ਦੇ ਜਿਸਮ ਦੇ ਵਿੱਚ ਔਰਤ ਦੇ ਬਦਨ ਦੇ ਇੱਕ ਜਗ੍ਹਾ ਇੱਕ ਨਾਲ ਹੀ ਕਰਾ ਗਿਆ ਸੀਗੇ ਅਗਰ ਮਰਦ ਬੰਦਾ ਪਿਆਰ ਕਰਦਿਆਂ ਕਰਦੇ ਉਹ ਜਗ੍ਹਾ ਤੋਂ ਵਾਟਫ ਹੋ ਜਾਏਗੀ ਆਪਣੀ ਉਂਗਲੀ ਦਾ ਸਿਰਫ ਇੱਕ ਇਸ਼ਾਰਾ ਉਸ ਜਗ੍ਹਾ ਉੱਤੇ ਟੱਚ ਕਰਦਾ ਸਰ ਔਰਤ ਨੂੰ ਤੁਸਮਨ ਦੇ ਵਿੱਚ ਆ ਕੇ ਮਰਦ ਨਾਲ ਪਿਆਰ ਕਰਦਾ ਮਰਦ ਦੀ ਘੋੜੀ ਬਣ ਜਾਂਦੀ ਜ਼ਿੰਦਗੀ 'ਚ ਕਿਸੇ ਗੈਰ ਬੰਦੇ ਦੇ ਮੂੰਹ ਤੋਂ ਘੁੱਕੜਾ ਨੂੰ ਪਸੰਦ ਨਹੀਂ ਕਰਦਾ ਬਗੈਰ ਇੰਟਰੀ ਕੋਰਸ ਕਰਨ ਦੇ ਬਗੈਰ ਮਿਲਾਪ ਕਰਨ ਦੇ ਔਰਤ ਇੱਕ ਮਿੰਟ ਤੋਂ ਪਹਿਲੇ ਡਿਸਚਾਰਜ ਹੋ ਜਾਂਦੀ ਹੈ ਲਾਲ ਹੋ ਜਾਂਦੀ ਪੰਜਾਬੀ ਵਿੱਚ ਕਹਿੰਦੇ ਨੇ ਛੁੱਟ ਜਾਂਦੀ ਉਹ ਕਿਹੜੀ ਨਾਲ ਹੈ ਕਿਹੜੀ ਰਾਗੀ ਲੇਕਿਨ ਮਿਹਰਬਾਨੀ ਇੱਕ ਕਰਦੀ ਪਾ ਜਾ ਨਾ ਅਦਰ ਨਾਲ ਮੈਂ ਤੁਹਾਨੂੰ ਇੱਥੇ ਵਿਖਾਣੀ ਹੈ ਤਜਰਬਾ ਕਰਾਈਏ ਤੁਸੀਂ ਆਪਣੀ ਆਪਣੀ ਨਿਕਾਹ ਦੀ ਆਉਣ ਉੱਤੇ ਇਹ ਨਾ ਆਵੇ ਕਿ ਨਾਲ ਮੈਂ ਤੁਹਾਨੂੰ ਇੱਥੇ ਬਿਠਾਉਣਾ ਤੁਸੀਂ ਉਸ ਰਕਸ਼ੇ ਵਿੱਚ ਬਹਿਣ ਲੱਗਾ ਨਾਲਾ ਲੱਭਦੇ ਫਿਰੋ ਹੱਸਣ ਦੀ ਗੱਲ ਨਹੀਂ ਜੀ ਟੱਬੇ ਬੜੇ ਵਾਈ ਨੇ ਆ ਕਈ ਮੁੰਡੇ ਬੜੇ ਗਰਮ ਹੁੰਦੇ ਪਾਈਆਂ ਸੁਣ ਲੈਣਾ ਕੱਚੀ ਰਕਸ਼ਾ ਤੇ ਜਾ ਰਹੀ ਮੁੰਡਾ ਪਿੱਛੇ ਸਾਈਕਲ ਤੇ ਗਿਆ ਕਈਆਂ ਦਾ ਬਸ ਨਹੀਂ ਚੱਲਦਾ ਨਹੀਂ ਤੇ ਸਹੀ ਲੱਗ ਆ ਕਈ ਬੱਸਾਂ ਵਿੱਚ ਲਿੱਤਰ ਖਾ ਕੇ ਵੀ ਥੱਲੇ ਉਤਰਦੇ ਨੇ ਬੋਲੋ ਪਾਈ ਜਾਂਦੇ ਇਹਨਾਂ ਨੇ ਤੁਹਾਡੇ ਕੋਲ ਆਣਾ ਜੱਫੀਆਂ ਪਾ ਪਾ ਕੇ ਕਰੀਆਂ ਮੈਂ ਚੰਦ ਮਿੰਟ ਦਾ ਮਹਿਮਾਨ ਆ ਬੜੀ ਮਿਹਰਬਾਨੀ ਜੀ ਆ ਸ਼ੁਗਰ ਦੇਖਣਾ ਆ ਕੱਲ੍ਹ ਅਸੀਂ ਠੀਕ ਹੈ ਮੈਂ ਨਾਲ ਦੀ ਖਾਣ ਲੱਗਿਆ ਨਾ ਆ ਪਿਛਲੀ ਜਗ੍ਹਾ ਦਾ ਸਟਾਫ ਦਾ ਤੇ ਮੈਨੂੰ ਨਾਮ ਨਹੀਂ ਯਾਦ ਮੈਂ ਨਾਲ ਦੀ ਖਾਣ ਲੱਗਿਆ ਇੱਕ ਬੰਦਾ ਜੀ ਸਾਹਮਣੇ ਹੋਵੇ ਬੰਦਿਆਂ ਨੂੰ ਕੀਤਾ ਕੋ ਸਾਈਡ ਤੇ ਵਨ ਟੂ ਵਨ ਤੇ ਬੈਠਾ ਹੋਵੇ ਤੇ ਸਾਹਮਣੇ ਆ ਕੇ ਰੇਸਾ ਦੇਣੀਆਂ ਸ਼ੁਰੂ ਕਰ ਮੈਂ ਕਿਹਾ ਯਾਰ ਤੂੰ ਤੇ ਮੇਰੀ ਮਹਿਫਲ ਖਰਾਬ ਕਰ ਦਿੱਤੀ ਕਿਸੇ ਦੀ ਮਹਿਫਲ ਨਹੀਂ ਖਰਾਬ ਕਰੀ ਜੀ ਭਾਵੇਂ ਕੋਈ ਚੀਜ਼ ਉਹਨਾਂ ਦੇ ਬਾਪ ਨਾਲ ਮੈਨੂੰ ਕਹਿਣ ਲੱਗਿਆ ਪੁੱਤਰ ਇੱਕ ਮਿੰਟ ਮੈਂ ਕਿਹਾ ਜੀ ਬਾਬਾ ਜੀ ਕਹਿਣ ਲੱਗਿਆ ਬੇਟਾ ਤੇਰੇ ਕੋਲ ਗਿੱਦੜ ਸਿੰਘ ਹੀ ਹੈਗੀ ਮੈਂ ਕਿਹਾ ਜੀ ਹੈਗੀ ਕਹਿੰਦਾ ਕਿੱਥੇ ਗੱਡੀ ਵਿੱਚ ਪਈ ਕਹਿੰਦਾ ਕਿੰਨੇ ਦੀ ਤੂੰ ਤਾਂ ਖਾਧੀ ਪੀਤੀ ਫਿਰਨਾ ਤੂੰ ਕੋਈ ਡਰਨਾ ਮੈਨੂੰ ਨਹੀਂ ਕੁਝ ਕਹਿੰਦਾ ਪਰੇਸ਼ਾਨ ਨਹੀਂ ਹੋਣਾ ਤੈਨੂੰ ਇੱਕ ਚੱਕ ਮਾਰੇ ਤੂੰ ਦੋ ਚੱਕ ਮਾਰ ਲੈਣੇ ਬਿਲਕੁਲ ਪਰੇਸ਼ਾਨ ਨਹੀਂ ਹੋਣਾ ਲਾਲਾ ਸੁਣੀ ਤਾਂ ਨਾਲੇ ਕੱਢਣ ਵਾਸਤੇ ਮੈਨੂੰ ਕਹਿੰਦਾ ਤੇ ਕਿ ਮੈਨੂੰ ਕਹਿਣ ਲੱਗਿਆ ਤੇਰੇ ਕੋਲ ਗਿੱਦੜ ਸਿੰਘ ਹੀ ਆ ਮੈਂ ਕਿਹਾ ਜੀ ਬਿਲਕੁਲ ਆ ਕਹਿੰਦਾ ਕਿੱਥੇ ਮੈਂ ਕਿਹਾ ਗੱਡੀ ਵਿੱਚ ਬਈ ਕਹਿੰਦਾ ਵੇਚਣੀ ਮੈਂ ਕਿਹਾ ਵੇਚ ਦਿਆਂਗਾ ਕਹਿੰਦਾ ਕਿੰਨੇ ਦੀ ਮੈਂ ਕਿਹਾ 4000 ਦੀ ਉਹਨੇ ਇੱਕ ਮਿੰਟ ਲਾਇਆ ਆਪਣੀ ਆ ਸੈਂਡ ਵਾਲੀ ਜੇਬ ਚ ਪਰਸ ਕੱਢਿਆ ਬਾਅਦ 4000 ਮੈਨੂੰ ਦਿੱਤਾ ਮੈਂ ਗਿੱਦੜ ਸਿੰਘ ਜੀ ਚੇਨ ਹੋਤੇ ਉਹ ਜਦੋਂ ਬੰਦਾ ਜਾਣ ਲੱਗਿਆ ਨਾ ਹੁਣ ਮੈਂ ਪਿੱਛੋਂ ਆਵਾਜ਼ ਦਿੱਤੀ ਮੈਂ ਕਿਹਾ ਯਾਰ ਤੂੰ ਤਾਂ ਕਰਨਾ ਕੀ ਹੈ
ਯਾਰ ਜਿਹੜਾ ਬੰਦਾ ਇਸ ਚੀਜ਼ ਦੇ ਇੰਨੇ ਪੈਸੇ ਭਰਦਾ ਪਿਆ ਪੁੱਛਾ ਤਾਂ ਸਹੀ ਉਹਨੇ ਤਾਂ ਕਰਨਾ ਕੀ ਹੈ, ਹੋ ਸਕਦਾ ਮੇਰੀ ਅਕਲ 'ਚ ਕੋਈ ਇਜ਼ਾਫਾ ਹੋ ਜਾਵੇ, ਸਾਰਾ ਅਕਲ ਕਿਸੇ ਦੇ ਪਿਓ ਦੀ ਵਿਰਾਸਤ, ਅਗਰ ਅੱਲਾ ਚਾਹੇ ਤਾਂ ਅਕਲ ਜੰਮ ਦੇ ਬੱਚੇ ਨੂੰ ਦੇ ਦੇਵੇ, ਤੇ ਜੇ ਅਕਲ ਨਾ ਆਵੇ ਬੁੱਢਾ ਵੀ ਹੋ ਜਾਵੇ ਤਾਂ ਅਕਲ ਨਹੀਂ ਆਉਂਦੀ, ਉੱਠ ਕਿੱਡਾ ਵੱਡਾ, ਅੱਜ ਜਦੋਂ ਮੂਤਰ ਦਾ ਚੰਡੇ ਆਪਣੇ ਭੇਜ ਦਿੰਦਾ, ਹਾਲਾਂਕਿ ਖੁੱਲੇ ਵੀ ਕਰ ਸਕਦਾ, ਲੇਕਿਨ ਸਿਆਣੇ ਕਹਿੰਦੇ ਨੇ ਅਗਰ ਅਕਲ ਨੇ ਤਾਂ ਸੋਚਾਂ ਹੀ ਸੋਚਾਂ, ਅਗਰ ਅਕਲ ਨਹੀਂ ਤਾਂ ਫਿਰ ਮੌਜਾ ਹੀ ਮੌਜਾ। ਹੁਣ ਮੈਂ ਪੁੱਛਿਆ ਚਾਚਾ ਤੂੰ ਇਹਦਾ ਕਰਨਾ ਕੀ ਹੈ, ਕਹਿੰਦਾ ਤੂੰ ਪੈਸੇ ਲੈ ਲਏ, ਮੈਂ ਕਿਹਾ ਹਾਂ, ਕਹਿੰਦਾ ਤੂੰ ਆਪਦਾ ਕੰਮ ਕਰ ਮੈਂ ਆਪਣਾ ਕੰਮ ਕਰਨਾ। ਮੈਂ ਉਹਨੂੰ ਕਿਹਾ ਤੈਨੂੰ ਤੇਰੀ ਮਾਂ ਦੇ ਪੀਤੇ ਸ਼੍ਰੀ ਦੁੱਧ ਦੀ ਕਸਮੇ ਦੱਸ ਤੇ ਸਹੀ ਤੂੰ ਇਹਦਾ ਕਰਨਾ ਕੀ, ਕਹਿੰਦਾ ਮੈਨੂੰ ਕਿਸੇ ਸਿਆਣੇ ਬੰਦੇ ਨੇ ਦੱਸਿਆ ਕਿ ਜਿਹਦੇ ਕੋਲ ਗਿੱਦੜ ਸਿੱਗੀ ਹੋਵੇ ਨਾ ਉਹਦੇ ਨਾਲ ਔਰਤਾਂ ਬੜੀਆਂ ਫਸਦੀਆਂ। ਮੈਂ ਕਿਹਾ ਕਿੰਨੀਆਂ ਗੱਲਾਂ ਫਸ ਜਾਣਗੀਆਂ, ਕਹਿੰਦਾ ਇੱਕ ਨਾਲ, ਮੈਂ ਕਿਹਾ ਮੇਰੇ ਕੋਲ ਤਿੰਨ ਪਈਆਂ ਨੇ, ਤਿੰਨ ਸਾਲ ਹੋ ਗਏ ਗੱਡੀ ਦੀ ਕਦੀ ਖੁੱਲੀ ਨਾ ਬਚਾਈ। ਅਸਲ ਗਿੱਦੜ ਸਿੱਗੀ ਦਿਖਾਉਂਦਾ ਜਿਹੜੀ ਤੇਰੇ ਆਪਣੇ ਵਜੂਦ ਦੇ ਵਿੱਚ, ਇੱਧਰ ਤੋਂ ਜੋ ਕਰੋ ਜ਼ਰਾ ਲਓ ਸਰ, ਆ ਸ਼ੀਸ਼ੇ ਦੀ ਬੋਤਲ ਤਾਂ ਖਾਲੀ ਹੈ ਸਰ, ਖਾਲੀ ਜਾਂ ਕੋਈ ਚੀਜ਼ ਹੈ ਐਵੇਂ ਬੋਲੋ ਸਰ, ਖਾਲੀ ਜੇ ਆਹ ਪਾਣੀ ਹੈ ਸਰ, ਇੱਕ ਮਿੰਟ ਛੱਡੋ ਜੀ ਜ਼ਰਾ। ਲਓ ਜੀ ਉਹ ਕਿਹੜੀ ਨਾਰ ਹੈ ਕਿਹੜੀ ਰਾਗ ਹੈ ਜਿੱਥੇ ਮਰਦ ਆਦਮੀ ਉਂਗਲੀ ਟੱਚ ਕਰ ਦੇਵੇ ਔਰਤ ਨੂੰ ਧੁੱਪ ਦੇ ਵਿੱਚ ਆ ਕੇ ਮਰਦ ਨਾਲ ਪਿਆਰ ਕਰਨ, ਤੇ ਇੱਕ ਮਿੰਟ ਬਾਅਦ ਸਮਝਾਉਣਾ ਆਪਣੀ ਅਕਲ ਨਾਲ, ਸਮਝ ਜਾਣਾ ਤੇ ਆਪਣੀ ਅਕਲ ਨਾਲ ਰਹਿ ਜਾਣਾ, ਭਾਈ ਜਾਨ ਜਾਣਾ ਤੇ ਜਾਂ ਸ਼ੋਰ ਨਾ ਪਾਓ ਜ਼ਰਾ, ਬੜੀ ਮਿਹਰਬਾਨੀ, ਆਪਣਾ ਸ਼ੋਰ ਪਾਉਣਾ ਥੋੜ੍ਹਾ ਜਿਹਾ ਬੰਦ ਹੋ ਜਾਣਾ ਜ਼ਰਾ। ਲਓ ਸਰ ਸ਼ੀਸ਼ੇ ਦੀ ਬੋਤਲ ਹੈ ਸਰ ਇਹਦੇ ਵਿੱਚ ਪਾਣੀ, ਹੁਣ ਨਜ਼ਰਾਂ ਨੂੰ ਜ਼ਰਾ ਤੇਜ਼ ਕਰ ਲੈਣਾ, ਬਾਅਦ 'ਚ ਨਹੀਂ ਕਹਿਣਾ ਕਿਸੇ ਬੰਦੇ ਨੇ ਮੈਂ ਤੱਕਿਆ ਨਹੀਂ। ਸਰ ਇਸ ਬੋਤਲ ਦੇ ਵਿੱਚ ਦੇਖ ਕੇ ਜਵਾਬ ਦੇਣਾ, ਕਿਸੇ ਮਰਦ ਦੀ ਤਸਵੀਰ ਨਜ਼ਰ ਆ ਰਹੀ? ਕਿਸੇ ਔਰਤ ਦੀ? ਕਿਸੇ ਖੁਸਰੇ ਦੀ? ਹੁਣ ਵੇਖੋ ਜੀ ਇਹਦੇ ਵਿੱਚ ਇੱਕ ਸਾਈਡ ਉੱਤੇ ਮਰਦ ਦੀ ਫੋਟੋ, ਇੱਕ ਸਾਈਡ ਉੱਤੇ ਔਰਤ ਦੀ ਫੋਟੋ। ਲਓ ਸਰ ਕੱਚ ਦਾ ਗਲਾਸ ਇਹਦੇ ਵਿੱਚ ਇਹਦੇ ਜੇ ਪਾਣੀ, ਸਰ ਪਾਣੀ ਵਿੱਚ ਮੈਂ ਥੋੜ੍ਹਾ ਜਿੰਨਾ ਪਾਇਆ ਜੀ ਲਾ ਰਹਾ, ਕਿਉਂ ਪਾਇਆ ਇਸ ਗੱਲ ਦਾ ਜਵਾਬ ਮੈਂ ਆਪਣੇ ਵਜ਼ੀਰਾਂ ਨੂੰ ਦੇਣਾ। ਆਹ ਸਰ ਮੇਰੇ ਹੱਥ ਦੇ ਵਿੱਚ ਛੁਰੀ, ਫਾਰ ਐਗਜ਼ਾਮਪਲ ਮਿਸਾਲ ਦੇ ਤੌਰ ਤੇ ਅਗਰ ਸਰ ਇਹਨੂੰ ਮੈਂ ਆਪਣੇ ਜਿਸਮ ਦੇ ਕਿਸੇ ਵੀ ਹਿੱਸੇ ਤੇ ਮਾਰਾਂ, ਸਰ ਵਿੱਚੋਂ ਕੀ ਚੀਜ਼ ਨਿਕਲੇਗਾ? ਆਵਾਜ਼ ਦਿਓ। ਤੇ ਖੂਨ ਦਾ ਰੰਗ ਕਿਹੜਾ ਹੁੰਦਾ? ਜ਼ਮੀਨ ਸੋਹਣੀ ਲੱਗਦੀ ਹੈ ਪਾਣੀ ਨਾਲ, ਬੰਦਾ ਸੋਹਣਾ ਲੱਗਦਾ ਖੂਨ ਨਾਲ, ਤੇ ਟਾਈਮ ਕਿਹੜੀ ਚੀਜ਼ ਨਾਲ ਲੱਗਦਾ? ਨਹੀਂ ਹੁਣ ਕਹਿ ਦਿਓ ਸੀ ਜੀ ਦੇ ਨਾਲ, ਕਿਸੇ ਸ਼ਾਹ ਦਾ ਤਾਂ ਨਾ ਬਦਨਾਮ ਕਰੋ ਨਾ, ਰੰਗ ਰਾਜਾ ਤਰਾਤ ਰਾਣੀ, ਬਾਬਾ ਜੀ ਨੂੰ ਸਭ ਨਾਲ ਦੁੱਧ ਦਰਕੇ ਹੋ, ਤਬਾਹ ਕਰਨ ਵਾਲੀ ਕਿਹੜੀ ਚੀਜ਼ ਹੈ? ਪਹਿਲੇ ਨੰਬਰ ਦਾ ਦਰਾਂ ਬਾਬਾ ਜੀ, ਜਨਾਈ ਬੰਦੇ ਦੇ ਚਿਹਰੇ ਤੇ ਖੁਦਾ ਦਾ ਨੂਰ ਨਹੀਂ ਹੁੰਦਾ, ਦੂਸਰੇ ਨੰਬਰ ਤੈਨੂੰ ਤਬਾਹ ਕਰਦਾ ਨਸ਼ਾ ਭਾਵੇਂ ਸਿਗਰਟ ਦਾ ਕਿਉਂ ਨਹੀਂ ਹੈਗਾ, ਤੀਸ ਨੰਬਰ ਤੈਨੂੰ ਤਬਾਹ ਕਰਦਾ ਖੱਟਾ, ਕਿਹੜਾ ਖੱਟਾ ਹੈ ਡਾਕਟਰੇ? ਬੋਲੋ ਜੀ ਦੁੱਧ ਖੁਦਾ ਦਾ ਨੂਰ ਹੈ ਜਾਂ ਨਹੀਂ ਹੈ? ਸਰ ਮਨ ਦੁੱਧ ਵਾਸਤੇ ਕਾਫੀ ਨਹੀਂ ਹੈ, ਅੰਗਰੇਜ਼ ਸੂਰ ਖਾਣੀ ਕੌਮ ਦਾ ਰੰਗ ਚਿੱਟਾ ਹੈ, ਕਰਤੂਤ ਉਹਦੇ ਕਾਲੇ ਨੇ, ਸਰ ਰੰਗ ਇਹਦਾ ਵੀ ਸਫੇਦ ਹੈ, ਕਰਤੂਤ ਇਹਦੇ ਵੀ ਕਾਲੇ ਨੇ, ਇਹ ਕੀ ਕਰਦੀ ਹੈ? ਜੋੜਾਂ ਵਿੱਚ ਦਰਦਾਂ ਪੈਦਾ ਕਰਦੀ ਹੈ, ਆਹ ਦਿਲ ਦੇ ਵਾਲ ਕਮਜ਼ੋਰ ਕਰਦੀ ਹੈ, ਬੱਚਾ ਬਣਾਉਣ ਵਾਲੇ ਜੋਹਰ ਡੈਡ ਕਰਦੀ ਹੈ, ਔਰ ਖੂਨ ਦੀ ਇਹ ਹਾਲਾਤ ਕਰਦੀ ਹੈ। ਹੁਣ ਇਹ ਗੱਲ ਦਾ ਮੂੰਹ ਬੋਲ ਕੇ ਜਵਾਬ ਦੇਣਾ ਤੇ ਸਿਰ ਨਹੀਂ ਲਾਉਣਾ, ਮੇਰੇ ਵਾਸਤੇ ਇਹੀ ਨਾਮ ਕਾਫੀ ਹੈ। ਸਰ ਜਿਸ ਬੰਦੇ ਦਾ ਖੂਨ ਇਵੇਂ ਜਲ ਜਾਏ, ਸੜ ਜਾਏ, ਆਪਣੀ ਹਾਲਤ ਵਿਗੜ ਜਾਏ, ਬੋਲੋ ਸਰ ਇਹੋ ਜਿਹਾ ਮਰਦ ਆਪਾਂ ਜ਼ਿਆਦਾ ਦਿੰਦੇ ਹਾਂ? ਜਿੰਦਾਬਾਦ, ਤਾੜੀ ਮਾਰੋ ਭਾਈ ਇਹਦੇ ਨਾਂ ਦੀ, ਤਾੜੀ ਮਾਰੋ ਤਾਂ ਪੁੱਤਰ ਤੁਹਾਡੀ ਮਾਂ ਦੀ, ਜਿੰਦਾਬਾਦ ਜੀ। ਇਹ ਅਦਰ ਤੋਜੋ ਕਰੋ ਜੀ, ਤਾਂ ਸਮਝ ਤਾਂ ਤੁਸੀਂ ਫਿਰ ਆਪੇ ਹੀ ਗਏ ਹੋਗੇ, ਇਹਨੂੰ ਸਭ ਨਾਲ ਦੁੱਧ ਦਰਕੇ ਤਬਾਹ ਕਰਨ ਵਾਲੀ ਚੀਜ਼ ਆ ਕਿਹੜੀ ਹੈ? ਖੱਟਾ, ਕਿਹੜਾ ਖੱਟਾ ਨਹੀਂ ਖਾਣਾ? ਦਹੀਂ ਖੱਟਾ ਰੱਜ ਕੇ ਖਾਓ ਬਾਬਾ ਜੀ, ਲੱਸੀ ਖੱਟੀ ਹੈ ਤੁੰਨ ਕੇ ਪੀਓ, ਅਚਾਰ ਖੱਟਾ ਦਬਲ ਕੇ ਖਾਓ, ਫਰੂਟ ਜਿੰਨਾ ਖੱਟਾ ਤੁੰਨ ਕੇ ਖਾਓ, ਲੇਕਿਨ ਇਸ ਖੱਟੇ ਤੋਂ ਪਰਹੇਜ਼ ਕਰਨਾ, ਦਿਲ ਦਾ ਵਾਲ ਕਮਜ਼ੋਰ ਕਰਦਾ, ਬੱਚਾ ਬਣਾਉਣ ਵਾਲੇ ਜੋਹਰ ਡੈਡ ਕਰਦਾ। ਹੁਣ ਸਰ ਜਿਸ ਬੰਦੇ ਦਾ ਖੂਨ ਇਵੇਂ ਜਲ ਜਾ, ਸੁਣੀ ਬਾਈ, ਆਪਣੀ ਹਾਲਤ ਵਿਗੜ ਜਾਏ, ਸਰ ਇਹੋ ਜਿਹਾ ਮਰਦ ਜਾਣਾ ਬੇਲੀਆਂ ਵਿੱਚ ਬੈਠਾ ਚੰਗਾ ਲੱਗੇਗਾ? ਆਪਣੀ ਬੀਜੀ ਦਾ ਕਿਦਾ ਕਰ ਲਏਗਾ? ਸਾਰੀਆਂ ਗੱਲਾਂ ਛੱਡੋ, ਇਹੋ ਜਿਹਾ ਬੰਦਾ ਬੱਸ ਵਿੱਚ ਬਹਿ ਕੇ ਵਿੱਚ ਛਿਆਲੇ ਸੀਟ ਤੇ ਬਹਿ ਕੇ ਮਾਰ ਦੇਵੇ ਖੁਦ ਦੀ, ਆ ਮੇਰੇ ਨਾਲ ਮਾਰ ਦੇਵੇ, ਬਤਲਾ ਸਵਾਰੀ 'ਚ ਕੋਈ ਸਵਾਰੀ ਕਹੇਗੀ ਕਿ ਬੋਟਿਆਂ ਲੱਭੀਆਂ ਤੇਰਾ ਭਲਾ ਕਰੇ, ਹੋਰ ਵੀ ਠੋਕ ਜਿੰਨੇ ਵੀ ਨੱਕ ਉੱਤੇ ਕੱਪੜਾ ਰੱਖਣਾ, ਉਹਨੇ ਕੋਈ ਦੁਆ ਮੰਗਣੀ ਕਿਹੜੀ ਅੱਲਾ ਕਰੇ ਤੇਰੀ ਬੋਲ ਵਿੱਚ ਮਿਲ ਕੇ, ਤੇ ਜੇ ਹਵਾ ਪਾਉਣ 'ਚ ਡਰਾਈਵਰ ਤੇ ਘਰ ਜਾ ਗੱਡੀ 'ਚ ਕਰਕੇ ਜਾਂ ਡਰਾਈਵਰ ਪਾਗਲ, ਤੇ ਜਿੰਨੇ ਫੂਸੀ ਮਾਰੀ ਹੁੰਦੀ ਆਪਣੀ ਇੱਜ਼ਤ ਕਿਵੇਂ ਬਚਾਉਂਦਾ, ਉਹਨੇ ਕੱਪੜੇ ਕੁੱਪੜੇ ਝਾੜ ਕੇ ਪਹਿਲੇ ਸ਼ੀਸ਼ੇ ਵਿੱਚੋਂ ਮੂੰਹ ਬਾਹਰ ਕੱਢਿਆ ਹੁੰਦਾ, ਇਹਨੇ ਕਹਿਣਾ ਕਿ ਮਿਹਰਬਾਨੀ ਮੈਂ ਕੀਤੀ, ਸਾਰੀਆਂ ਗੱਲਾਂ ਛੱਡੋ, ਇਹ ਨਾਗ ਦਾ ਸ਼ੁਕਰ ਦੇਖੋ ਜਿਸ ਤਰ੍ਹਾਂ ਮੈਂ ਕੀਤਾ ਜੀ ਵਾਦਾ। ਲਓ ਜੀ ਉਹ ਥੱਲੇ ਗਲਾਸ ਦੀ ਸਮਝ ਜ਼ਰਾ ਗੌਰ ਕਰਨਾ, ਥੱਲੇ ਤੱਕਣਾ ਜੀ, ਲਓ ਜੀ ਇਸ ਗਲਾਸ ਦੇ ਵਿੱਚੋਂ ਜ਼ਮੀਨ 'ਚੋਂ 4 ਫੁੱਟ ਦੀਆਂ ਤਾਰਾਂ ਦੇਖੋ ਕਿਵੇਂ ਨਿਕਲਦੀਆਂ ਨੇ, ਹਰ ਤਾਰ ਦਾ ਰੰਗ ਲੈਂਦਾ ਹੋਏਗਾ, ਗਲਾਸ 'ਚੋਂ ਜ਼ਰਾ ਬਾਹਰ ਸੁਣੋ ਜ਼ਰਾ, ਲੇਕਿਨ ਪਹਿਲੇ ਨੰਬਰ ਤੋਂ ਤੱਕੋ ਜੀ ਨਾਗ ਦਾ ਸੁਣਨਾ, ਕਈ ਭਾਈ ਕਹਿ ਦਿੰਦੇ ਨੇ ਕਿ ਨਾਗ ਕੋਈ ਨਹੀਂ ਐਵੇਂ ਖਾਲੀ ਹੋਣੀ ਪਟਾਰੀ, ਦੇਖੋ ਨਾਗ ਆ ਗਿਆ ਜੇ ਪਟਾਰੀ ਵੇਲੀ, ਹਾਂਜੀ ਇਹਦੇ ਰੰਗ ਕਿੰਨੇ ਨੇ? ਜਿਹੜਾ ਬੰਦਾ ਤੁਹਾਡੇ 'ਚ ਬਹੁਤਾ ਤੇਜ਼ ਬਣੇ ਖਾਲੀ ਨਾਗ ਦੇ ਰੰਗ ਗਿਣ ਦੇਵੇ, ਲਓ ਜੀ ਜ਼ਿਆਦਾ ਨਹੀਂ 2 ਰੁਪਈਆ ਚਾਹ ਪੀਣ ਵਾਸਤੇ ਨਾਲ, ਚੱਕ ਵੀ ਜੋ ਨੰਗ ਬਣਾ ਜ਼ਰਾ, ਪੁੱਤਰ ਥੋੜ੍ਹਾ ਜਿਹਾ ਪਿੱਛੇ ਹੋ ਜ਼ਰਾ, ਮੇਰੇ ਸਈਏ ਦੇ ਫਰਮਾਨ ਨੇ ਕਿ ਬੇਟਾ ਜਿਸ ਬੰਦੇ ਦਾ ਖੂਨ ਇਵੇਂ ਜਲ ਜਾਏ, ਸਮਝੇ ਆਪਣੀ ਹਾਲਤ ਬਿਗੜ ਜਾਏ, ਇਹੋ ਜਿਹਾ ਮਰਦ ਰਾਤ ਸੁਣ ਪਾ ਜਾ, ਪਿਸ਼ਾਬ ਕਰੇਗਾ ਪਹਿਲੇ ਪਾਸੇ ਕਰਾਏਗਾ, ਪਿਸ਼ਾਬ ਕਰੇਗਾ ਖੜਾ ਆਏਗਾ, ਸਰ ਨਾਲ ਹੱਥ ਵਿੱਚ ਹੋਏਗਾ 2 ਜਾਂ 3 ਕੱਪੜੇ ਨਹੀਂ ਪਾਉਂਦੇ, ਨਹਾਉਣ ਤਰ੍ਹਾਂ ਦਾ ਕਰੇਗਾ, 5 ਕਲੋਟਾ ਚੱਕੇਗਾ, ਸਿਰ ਉੱਤੇ ਪਾਏਗਾ, ਥੋੜ੍ਹਾ ਪਿਸ਼ਾਬ ਵੀ ਆ ਜਾਏ, ਨਹਾਉਣ ਤੋਂ ਪਹਿਲੇ ਆਪਣਾ ਪੈਰ ਠੰਡੀ ਜਗ੍ਹਾ ਉੱਤੇ ਰੱਖੇਗਾ, ਥੱਲੋ ਟੂਟੀ ਨਹੀਂ, ਨਾਤੀ ਸੁੱਤਾ ਸੁੱਤਿਆ ਇਤਲਾਮ, ਆ ਕਈਆਂ ਨੇ ਸਵੇਰੇ ਉੱਠ ਕੇ ਸੁੱਤਣੇ ਨੇ ਫੜੀ ਹੁੰਦੀ।
ਜਿੱਥੇ ਮਾਚਸ ਦੀ ਦਿੱਲੀ ਨਹੀਂ ਵੜਦੀ ਉੱਥੇ ਸ਼ੈਤਾਨ ਹੋ ਜਾਂਦਾ।